ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਬੁਲੇਟ ਟ੍ਰੇਨ ਚਲਾਉਣ ਦਾ ਹੋਕਾ ਭਰਿਆ ਜਾ ਰਿਹਾ ਹੈ ਅਤੇ ਨਾਲ ਹੀ ਦੇਸ਼ ਨੂੰ ਡਿਜੀਟਲ ਟੈਕਨੋਲੋਜੀ ਵੱਲ ਅਗਾਂਹ ਵਧਾਉਣ ਲਈ ਕਈ ਉਪਰਾਲੇ ਵੀ ਕੀਤੇ ਜਾ ਰਹੇ ਹਨ। ਪਰ ਅੱਜ ਵੀ ਦੇਸ਼ ਦੇ ਵਿੱਚ ਕੁਝ ਅਜਿਹੇ ਪਿੰਡ ਹਨ ਜਿੱਥੋਂ ਦੇ ਲੋਕ ਆਪਣੀ ਬੁਨਿਆਦੀ ਅਤੇ ਮੁੱਢਲੀ ਸਹੂਲਤਾਂ ਨੂੰ ਤਰਸ ਰਹੇ ਹਨ। ਅਤੇ ਅਜਿਹਾ ਇੱਕ ਪਿੰਡ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਵਿਖੇ ਵੀ ਹੈ ਜਿੱਥੋਂ ਦੇ ਲੋਕ ਵੋਟ ਤਾਂ ਪੰਜਾਬ ਵਿਖੇ ਪਾਉਂਦੇ ਹਨ ਪਰ ਆਪਣੀਆਂ ਮੁੱਢਲੀਆਂ ਸਹੂਲਤਾਂ ਲਈ ਗੁਆਂਢੀ ਸੂਬੇ ਜੰਮੂ ਕਸ਼ਮੀਰ ਤੇ ਆਸ਼ਰਿਤ ਹਨ। ਆਜ਼ਾਦੀ ਤੋਂ ਬਾਅਦ ਹੁਣ ਤੱਕ ਪਿੰਡ ਤਲੂਰ ਦੀ ਦਲਿਤ ਕਲੋਨੀ ਦੇ ਲੋਕਾਂ ਨਾਲ ਸਿਰਫ ਵੋਟਾਂ ਦੀ ਰਾਜਨੀਤੀ ਹੀ ਹੋਈ ਹੈ। ਸਿਆਸਤਦਾਨਾਂ ਵੱਲੋਂ ਹਰ 5 ਸਾਲ ਬਾਅਦ ਦਾਅਵੇ ਅਤੇ ਵਾਅਦੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਨੇ ਪਰ ਸੱਤਾ ਵਿੱਚ ਆਉਂਦੇ ਹੀ ਉਹਨਾਂ ਦਾਅਵਿਆਂ ਤੇ ਵਾਅਦਿਆਂ ਨੂੰ ਭੁੱਲ ਜਾਂਦੇ ਹਨ। ਇਸ ਬਾਰੇ ਜਦ ਨਿਊਜ਼ ਨੰਬਰ ਦੀ ਟੀਮ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੀ ਇਸ ਜਗ੍ਹਾ ਤੇ ਰਹਿ ਰਹੇ ਹਨ ਪਰ ਅੱਜ ਤੱਕ ਉਹਨਾਂ ਨੂੰ ਉਹ ਬੁਨਿਆਦੀ ਸਹੂਲਤਾਂ ਨਹੀਂ ਮਿਲੀਆਂ ਹਨ ਜਿਨ੍ਹਾਂ ਤੇ ਉਹਨਾਂ ਦਾ ਹੱਕ ਬਣਦਾ ਹੈ। ਲੋਕਾਂ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਕਈ ਸਰਕਾਰਾਂ ਆਈਆਂ ਅਤੇ ਗਈਆਂ ਪਰ ਉਹਨਾਂ ਦੀ ਕਿਸੇ ਨੇ ਨਹੀਂ ਸੁਣੀ। ਲੋਕਾਂ ਨੇ ਕਿਹਾ ਕਿ ਪਾਣੀ ਅਤੇ ਬਿਜਲੀ ਦੇ ਲਈ ਉਹਨਾਂ ਵੱਲੋਂ ਕਈ ਵਾਰ ਵਿਧਾਇਕਾਂ ਤੇ ਪ੍ਰਸ਼ਾਸਨ ਨੂੰ ਆਖਿਆ ਗਿਆ ਹੈ ਪਰ ਸਰਕਾਰੀ ਦਰਬਾਰੇ ਸੁਣਨ ਵਾਲਾ ਕੋਈ ਵੀ ਨਹੀਂ ਹੈ। ਇਸ ਮੌਕੇ ਲੋਕਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਬਿਜਲੀ ਪਾਣੀ ਦੀ ਸਹੂਲਤ ਦਿੱਤੀ ਜਾਵੇ ਤਾਂ ਜੋ ਆਜ਼ਾਦੀ ਦੇ 7 ਦਹਾਕਿਆਂ ਬਾਅਦ ਹੀ ਸਹੀ ਪਰ ਉਹ ਆਜ਼ਾਦੀ ਦਾ ਸੁੱਖ ਮਾਣ ਸਕਣ। ਜਨਾਬ ਜੀ, ਅਸੀਂ ਇੱਥੇ ਕਾਫੀ ਚਿਰ ਰਹਿੰਦੇ, ਮਤਲਬ ਵੀ ਸਾਨੂੰ 47 ਕੋਲੋਂ ਅਸੀਂ ਪਹਿਲੇ ਰਹਿਣ ਦੇ ਇੱਥੇ ਜਦੋਂ ਅਸੀਂ ਜੰਮੇ ਆ ਅਤੇ ਅਦੇ ਉਦੋਂ ਤਾਂ ਇਹੋ ਹੀ ਦੇਖਿਆ ਅਸੀਂ ਦੇ ਕੋਈ ਬੱਤੀ ਨਹੀਂ, ਕੋਈ ਪਾਣੀ ਨਹੀਂ, ਕੋਈ ਗਲ ਨਹੀਂ, ਬਾਦ ਨਹੀਂ, ਕੋਈ ਰਸਤਾ ਨਹੀਂ ਹੈ। ਇੰਨਾ ਦੂਰੋਂ MLA ਜਾਂ ਕੋਈ ਅਫਸਰ ਆਉਂਦਾ ਤਾਂ ਦੂਰੋਂ ਦੇਖੀ ਸੁਣੀ ਅਤੇ ਚਲੀ ਜਾਂਦਾ, ਇੱਥੋਂ ਤੱਕ ਨਹੀਂ ਕੋਈ ਪਹੁੰਚ ਆਉਂਦਾ। ਜਦੋਂ ਮਤਲਬ ਬਰਸਾਤ ਹੁੰਦੀ ਹੈ ਉਦੋਂ ਤੱਕ ਨਿਆਣੇ ਸਾਡੇ ਸਕੂਲ ਜਾਂਦੇ ਨੇ, ਉਹ ਵੀ ਇੰਨੇ ਇੰਨੇ ਕੱਪੜੇ ਛੇੜੀਏ ਅਤੇ ਮੁੜੀ ਵਾਪਸ ਘਰ ਹੀ ਆ ਜਾਂਦੇ ਨੇ। ਅਤੇ ਉਹਦੇ ਬਾਅਦ 'ਚ ਫਿਰ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਇੱਕ ਆਵਾ ਦਾ ਇੱਕ ਯਾਦ ਆ, ਇੱਕ ਆਵਾ ਦਾ ਇੱਕ ਯਾਦ ਆ, ਬਸ ਇਹੋ ਹਿਸਾਬ ਕਰਦੇ ਨੇ। ਉਹਦੇ ਬਾਅਦ 'ਚ ਕੋਈ ਨਹੀਂ, ਨਾ ਜਿਹੜੇ ਵੋਟਾਂ ਦਾ ਬੋਰਡ ਮਤਲਬ ਬਣੀ ਜਾਂਦਾ, ਅਫਸਰ ਕੋਈ ਬਣੀ ਜਾਂਦਾ, ਉਹਦੇ ਬਾਅਦ 'ਚ ਮਤਲਬ ਫਿਰ ਕੋਈ ਨਹੀਂ ਸਾਡੇ ਇੱਧਰ ਸੁਣਵਾਈ ਕਰਦਾ ਅਤੇ ਨਹੀਂ ਕੁਛ ਗਿਆ। ਅਤੇ ਇੱਥੇ ਸਾਨੂੰ ਜਨਾਬ ਜੀ ਕੋਈ ਰਸਤਾ ਨਹੀਂ ਹੈ ਅਤੇ ਨਹੀਂ ਕੋਈ ਪਾਣੀ, ਅਸੀਂ ਜੈਂਡ ਕੇ 'ਚ ਪਾਣੀ ਲਿਆ ਕੇ ਪੀਣ ਦਿੰਦੇ ਅਸੀਂ, ਅਤੇ ਨਹੀਂ ਬੱਤੀ ਹੈ ਸਾਡੇ ਇੱਧਰ। ਕਾਫੀ ਚਿਰ ਹੋਇਆ ਰਹਿੰਦੇ, ਨਾ ਹੀ ਸਾਨੂੰ ਕੋਈ ਰਸਤਾ ਹੈ ਅਤੇ ਨਾ ਹੀ ਸਾਨੂੰ ਕੋਈ ਬੱਤੀ ਹੈ, ਨਾ ਹੀ ਪਾਣੀ ਹੈ ਸਾਨੂੰ। ਸਨ ਹੁੰਦੇ ਨੇ ਅਤੇ ਉਦੋਂ ਲੀਡਰ ਆਉਂਦੇ ਨੇ, ਉਹਦੇ ਬਾਅਦ ਸਾਨੂੰ ਕੋਈ ਨਹੀਂ ਲੱਭਦਾ ਇੱਥੇ। ਜਦੋਂ ਤਾਂ ਦੇਸ਼ ਯਾਦ ਹੋਇਆ ਸਾਨੂੰ ਇੱਦਾਂ ਰਹਿੰਦੇ ਹਾਂ ਇੱਥੇ। ਸਾਨੂੰ ਤਾਂ ਇੱਦਾਂ ਲੱਗਦਾ ਵੀ ਅਸੀਂ ਸਾਰੀ ਉਮਰ ਇੰਨੀਆਂ ਰਹਿਣਾ ਹੈ, ਸਾਨੂੰ ਤਾਂ ਇੱਦਾਂ ਲੱਗਦਾ ਦੇਸ਼ ਤਾਂ ਯਾਦ ਹੋ ਗਿਆ, ਪਰ ਅਸੀਂ ਅਜੇ ਵੀ ਗੁਲਾਮ ਹਾਂ। ਸਨ 47 ਤੋਂ ਸਾਡੇ ਬਜ਼ੁਰਗ ਇੱਥੇ ਰਹਿੰਦੇ ਨੇ ਅਤੇ ਸਾਡਾ ਇੱਥੇ ਜਨਮ ਹੋਇਆ, ਇਸ ਸਾਡੀ ਸਾਰੀ ਹਰੀਜਨ ਬਸਤੀ ਹੈ। ਲਗਭਗ ਮਤਲਬ 80% ਇੱਥੇ BPL ਕਾਰਡ ਹੋਲਡਰ ਨੇ ਅਤੇ ਸਾਨੂੰ ਅੱਜ ਤੱਕ ਨਾ ਸਰਕਾਰ ਨੇ ਇੱਥੇ ਕੋਈ ਰਸਤਾ, ਨਾ ਬਿਜਲੀ, ਨਾ ਪਾਣੀ, ਜਿਹੜੀਆਂ ਕਿ ਦੁਨਿਆਵੀ ਸਹੂਲਤਾਂ ਨੇ ਉਹ ਸਰਕਾਰ ਵੱਲੋਂ ਸਾਨੂੰ ਕੋਈ ਵੀ ਨਹੀਂ ਮਿਲੀਆਂ ਅੱਜ ਤੱਕ। ਠੀਕ ਹੈ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਵੀ ਮਤਲਬ ਕਿ ਜਿਸ ਤਰ੍ਹਾਂ ਬਾਕੀ ਆਮ ਲੋਕਾਂ ਨੂੰ ਸਹੂਲਤਾਂ ਨੇ ਬਿਜਲੀ ਪਾਣੀ ਦੀਆਂ, ਇਹ ਸਾਨੂੰ ਵੀ ਮਿਲਣੀਆਂ ਚਾਹੀਦੀਆਂ ਨੇ। ਸਾਡੇ ਬੱਚੇ ਨੇ ਹੁਣ ਦਾ ਭਵਿੱਖ ਖਰਾਬ ਹੋਣ ਦਾ, ਪੜ੍ਹਾਈ 'ਚ ਬੜੀ ਦਿੱਕਤ ਆਉਂਦੀ ਹੈ, ਦੀਏ ਦੀ ਲਾਈਟ ਨਾਲ ਪੜ੍ਹਦੇ ਆ, ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਵੀ ਬੱਚਿਆਂ ਦਾ ਭਵਿੱਖ ਬਣੇ ਅਤੇ ਅੱਛੇ ਭਵਿੱਖ, ਮਤਲਬ ਲਾਈਟ ਬਿਜਲੀ ਜਿਹੜੀ ਹੈ ਬਿਜਲੀ ਦਾ ਪ੍ਰਬੰਧ ਹੋਵੇ, ਰਸਤੇ ਦਾ ਪ੍ਰਬੰਧ ਹੋਵੇ ਅਤੇ ਸਾਡੇ ਵੀ ਬੱਚੇ ਕਿਤੇ ਕਾਮਯਾਬ ਹੋਣ। ਅਤੇ ਇੱਥੋਂ ਕੋਈ ਵੀ ਬੱਚਾ ਜਿਹੜਾ ਵਿਚਾਰਾ ਨਹੀਂ ਚੰਗੀ ਪੜ੍ਹਾਈ ਕਰ ਸਕਦਾ, ਆਉਣ ਜਾਣ ਦਾ ਸਾਧਨ ਕੋਈ ਨਹੀਂ ਹੈ, ਰਾਹ ਕੋਈ ਨਹੀਂ ਹੈ, ਬਰਸਾਤਾਂ ਦਿਨਾਂ 'ਚ ਵੈਸੇ ਪ੍ਰੋਬਲਮ ਬੜੀ ਹੁੰਦੀ ਹੈ ਕਿਉਂਕਿ ਜਦੋਂ ਬਰਸਾਤ ਹੁੰਦੀ ਹੈ ਅਤੇ ਖੇਤਾਂ 'ਚ ਪਾਣੀ ਹੁੰਦਾ, ਖੇਤਾਂ ਵਿੱਚੋਂ ਲੰਘ ਕੇ ਜਾਂਦੇ ਹਾਂ ਅਤੇ ਹੁਣ ਸਾਡੇ ਨੇੜੇ ਤੇੜੇ ਜਿਹੜੇ ਜ਼ਿਮੀਂਦਾਰ ਨੇ ਜਿਨ੍ਹਾਂ ਦੇ ਖੇਤ ਨੇ, ਉਹਨਾਂ ਨੇ ਵੀ ਮਤਲਬ ਕੰਡੇ ਵਾਲੀ ਤਾਰ ਸਾਡੇ ਆਲੇ ਦੁਆਲੇ ਘਰਾਂ 'ਚ ਲਾਈ ਦੀ ਹੈ। ਸਾਨੂੰ ਬਾਹਰ ਜਾਣ ਦਾ ਕੰਮ ਔਖਾ, ਸਾਡੇ ਨੇੜੇ JNK ਪੈਂਦਾ, JNK ਦੀ ਬਾਰਡਰ ਪੈਂਦੀ ਹੈ ਅਤੇ ਅਸੀਂ JNK ਦੇ ਵਿੱਚੋਂ ਹੋ ਕੇ ਫਿਰ ਪੰਜਾਬ 'ਚ ਆਉਂਦੇ ਹਾਂ ਵਾਪਸ। ਠੀਕ ਹੈ ਜੀ, ਇਸ ਤਰ੍ਹਾਂ ਦੀ ਸਾਡੀ ਪ੍ਰੋਬਲਮ ਹੈ ਅਤੇ ਸਾਡੀ ਸਰਕਾਰ ਤੋਂ ਮੰਗ ਹੈ ਕਿ ਸਾਡੀ ਇਹ ਪ੍ਰੋਬਲਮ ਸੋਲਵ ਕੀਤੀ ਜਾਵੇ।
ਲੋਕਾਂ ਦੀ ਪਰੇਸ਼ਾਨੀ ਵੇਖਦੇ ਹੋਏ ਜਦ ਨਿਊਜ਼ ਨੰਬਰ ਦੀ ਟੀਮ ਨੇ ਹਲਕਾ ਵਿਧਾਇਕ ਜੋਗਿੰਦਰ ਪਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਜਵਾਬ ਸੁਣਨ ਵਾਲਾ ਸੀ। ਲੋਕਾਂ ਦੀ ਪਰੇਸ਼ਾਨੀ ਦੱਸੇ ਜਾਣ ਦੇ ਬਾਅਦ ਵਿਧਾਇਕ ਨੇ ਆਖਿਆ ਕਿ ਉਹਨਾਂ ਦੇ ਹਲਕੇ ਵਿੱਚ ਕੋਈ ਅਜਿਹਾ ਪਿੰਡ ਹੈ ਹੀ ਨਹੀਂ ਜਿੱਥੇ ਕਿ ਬਿਜਲੀ ਪਾਣੀ ਦੀ ਸਹੂਲਤ ਨਾ ਹੋਵੇ, ਜਦਕਿ ਜ਼ਮੀਨੀ ਹਕੀਕਤ ਕੈਮਰੇ ਵਿੱਚ ਕੈਦ ਹੈ ਜੋ ਕਿ ਨਿਊਜ਼ ਨੰਬਰ ਮੰਚ ਦੀ ਟੀਮ ਵੱਲੋਂ ਆਪਣੇ ਪਾਠਕਾਂ ਅਤੇ ਦਰਸ਼ਕਾਂ ਨੂੰ ਵਿਖਾਈ ਜਾ ਰਹੀ ਹੈ। ਪਿੰਡ ਜਿਹੜਾ ਉਹ ਜੀਐਂਡਕੇ ਦਾ ਅੱਧਾ ਪਿੰਡ ਜਿਹੜਾ ਉਹ ਪੰਜਾਬ 'ਚ ਹੈ। ਰਹਿ ਗਈ ਗੱਲ ਲੋਕਾਂ ਨੂੰ ਪਾਣੀ ਦੀ ਬਿਜਲੀ ਦੀ, ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਲੋਕਾਂ ਨੂੰ ਪਾਣੀ ਬਿਜਲੀ ਨਹੀਂ ਮਿਲਦਾ ਪਿਆ। ਇਹ ਪਤਾ ਨਹੀਂ ਤੁਸੀਂ ਕਿੱਥੇ ਬੈਕ ਕੈਮਰਾ ਮਾਰ ਕੇ ਆਏ ਹੋ, ਮੇਰੇ ਤਾਂ ਤੰਦੂਰ ਦੇ ਵਿੱਚ ਲਾਈਟ ਵੀ ਹੈ ਅਤੇ ਪਾਣੀ ਵੀ ਹੈਗਾ। ਜ਼ਿਕਰਯੋਗ ਹੈ ਕਿ ਵਿਧਾਇਕ ਸਾਹਿਬ ਨੇ ਤਾਂ ਮੰਨਣ ਤੋਂ ਮਨਾ ਕਰ ਦਿੱਤਾ ਕਿ ਉਹਨਾਂ ਦੇ ਹਲਕੇ ਵਿੱਚ ਕੋਈ ਅਜਿਹਾ ਪਿੰਡ ਹੈ ਹੀ ਨਹੀਂ ਜਿੱਥੇ ਬਿਜਲੀ ਪਾਣੀ ਦੀ ਸਹੂਲਤ ਨਾ ਹੋਵੇ, ਜਦਕਿ ਜ਼ਮੀਨੀ ਹਕੀਕਤ ਕੁਝ ਹੋ ਰਹੀ ਹੈ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਵਿਧਾਇਕ ਲੋਕਾਂ ਦੀਆਂ ਵੋਟਾਂ ਨਾਲ ਚੋਣ ਜਿੱਤ ਕੇ ਵਿਧਾਨ ਸਭਾ ਤੱਕ ਤਾਂ ਪਹੁੰਚ ਗਏ ਪਰ ਉਸ ਦੇ ਬਾਅਦ ਲੋਕਾਂ ਦੀ ਸਾਰ ਲੈਣਾ ਭੁੱਲ ਗਏ।